ਆਲਟਰਨੇਟ ਚੈਨਲ ਦੇ ਤੁਹਾਡਾ ਸਵਾਗਤ। ਲੁੱਟਾਂ ਖੋਹਾਂ ਕਰਨ ਵਾਲੇ ਬਾਬਿਆਂ ਤੋਂ ਬਚੋ, ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਨ ਵੀ ਦਬਾ ਲਓ। ਦੋ ਅਣਪਛਾਤੇ ਵਿਅਕਤੀਆਂ ਨੇ ਮੋਟਰਸਾਈਕਲ ਅਪਾਚੇ ਉੱਤੇ ਆ ਕੇ ਇੱਕ ਔਰਤ ਦੀਆਂ ਵਾਲੀਆਂ ਰਹੱਸਮਈ ਢੰਗ ਦੇ ਨਾਲ ਖੋਲ੍ਹੀਆਂ। ਉਹਨਾਂ ਦੋਵਾਂ ਅਣਜਾਣ ਵਿਅਕਤੀਆਂ ਦੇ ਵਿੱਚੋਂ ਇੱਕ ਨੌਜਵਾਨ ਸੀ, ਜਦਕਿ ਦੂਸਰਾ ਵਧੇਰੀ ਉਮਰ ਦਾ ਇੱਕ ਬਾਬਾ ਸੀ। ਆਓ ਦੇਖਦੇ ਹਾਂ ਕਿ ਇਹ ਵਾਰਦਾਤ ਕਿਵੇਂ ਹੋਈ। ਆਲਟੋ ਨਿਊਜ਼ ਦੀ ਵਿਸ਼ੇਸ਼ ਰਿਪੋਰਟ। ਪ੍ਰਵੀਨ ਕੁਮਾਰ ਜੀ, ਕੀ ਗੱਲ ਹੋਈ? ਗੱਲ ਇਹ, ਮੈਂ ਕੰਪਲੇਂਟ ਕਰਕੇ ਆ ਰਿਹਾ ਸੀ ਆਪਣੇ ਕੇਬਲ ਦੀ, ਅਤੇ ਮੇਰੀ ਵੱਡੀ ਭਰਜਾਈ ਹੈ ਖੜ੍ਹੀ ਉੱਥੇ, ਅਤੇ ਇਹ ਉੱਥੇ ਖੜ੍ਹੀ, ਅਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਆ, ਅਤੇ ਇਹ ਬੋਲੇ ਬੋਲੇ ਕੁਛ ਨਹੀਂ। ਮੈਂ ਕਿਹਾ ਕੋਈ ਵਾਕਫ ਵੀ ਹੋਣਾ ਜੀ ਖੜੋਤੇ, ਅਤੇ ਮੈਂ ਉਹ ਤੁਸੀਂ ਕੌਣ ਹੋ? ਕਹਿੰਦਾ ਅਸੀਂ ਬਾਬੇ ਹਾਂ। ਮੈਂ ਕਿਹੜੇ ਬਾਬੇ ਹੋਏ? ਅਤੇ ਉਹ ਥੋੜ੍ਹਾ ਕੰਫਿਊਜ਼ ਹੋ ਗਏ। ਜਦੋਂ ਮੈਂ ਇਹਨਾਂ ਨੂੰ ਦੇਖਦਾ ਪਿਆ ਸੀ, ਅਤੇ ਇਹਨਾਂ ਦਾ ਨਾ ਯਾਨੀ ਕਿ ਛਾਲ ਨਾਲ ਸਿਰ ਢੱਕੇ ਦਾ ਸੀ, ਹੁਣ ਜਦੋਂ ਉਹਨਾਂ ਨੇ ਵਾਲੀਆਂ ਨੇ ਲਾ ਲਈਆਂ ਸੀ, ਇਹਨਾਂ ਸੁੱਧ ਬੋਧ ਨਹੀਂ ਸੀ। ਉਹਦੇ ਬਾਅਦ ਮੈਂ ਥੋੜ੍ਹਾ ਪਰਿਆ, ਅਤੇ ਮੈਨੂੰ ਬਹਾਨੇ ਨਾਲ ਕਹਿੰਦੇ ਭਾਜੀ ਇੱਥੇ ਕੋਈ ਪੈਂਟਰ ਦੀ ਦੁਕਾਨ ਹੈਗੀ ਆ, ਮਿਲੇਗਾ ਕੋਈ ਕਾਰਪੈਂਟਰ? ਮੈਂ ਇਹ ਪੈਂਟਰ ਤਾਂ ਠੇਕਾ ਲਿਆ। ਮੈਂ ਬਾਬਾ ਕਿੱਥੋਂ ਆਇਆ? ਇਹ ਕਹਿੰਦੇ ਬਾਬਾ ਆਇਆ ਜੀ ਉੱਥੋਂ, ਅੱਗੇ ਜਾਣਾ ਆਪਣੇ ਸ਼ਿਵ ਜੀ ਦੇ ਮੰਦਰ ਤੱਕ ਅਸੀਂ ਜਾਣਾ। ਅਤੇ ਮੈਂ ਜਾਓ, ਤੁਸੀਂ ਕਿੱਥੇ ਕਰਨ ਡੇ ਹੋ? ਮੈਂ ਥੋੜ੍ਹਾ ਪਰੇ ਹਾਂ। ਅਤੇ ਜਦੋਂ ਪਰੇ ਆ, ਤਾਂ ਇਹਨਾਂ ਨੇ ਮੈਨੂੰ ਕਿਹਾ ਵੀ ਬਿੱਟੂ, ਵੀ ਮੇਰੀ ਆ ਨਾ ਇਹ ਆਪਣੇ ਇਹਨੂੰ ਨਹੀਂ, ਇਹਨੂੰ ਫੜੀ ਜਰਾ। ਮੈਂ ਫੜਨ ਲੱਗਾ ਉਹਨਾਂ ਨੂੰ, ਮੈਂ ਕੋਈ ਵਾਰਦਾਤ ਕਰ ਕੇ ਲੱਗਦੀ ਆ। ਉਹ ਜਦੋਂ ਮੈਂ ਉਹਨਾਂ ਨੂੰ ਹੱਥ ਪਾਇਆ, ਉਹ ਡਿੱਗਣ ਲੱਗੇ ਸੀ, ਮੈਂ ਫੜਨ ਲੱਗਾ, ਅਤੇ ਉਹਨਾਂ ਤੋਂ ਕਮੀਨ ਨੂੰ ਹੱਥ ਪਿਆ ਨਿਕਲ ਗਏ। ਮੈਂ ਬਹੁਤ ਚਾਹੁੰਦਾ, ਮੈਨੂੰ ਕਿਹਾ, ਮੈਂ ਕੀ ਗੱਲ ਕੀ ਹੋਈ? ਕਹਿੰਦੀ ਮੈਂ ਇਹਨਾਂ ਨੂੰ ਵਾਲੀਆਂ ਲੱਗ ਗਈਆਂ। ਦੌੜ ਗਏ ਤੁਸੀਂ ਕਾਹਦੇ 'ਤੇ? ਹਾਂਜੀ, ਮੋਟਰਸਾਈਕਲ 'ਤੇ। ਕਿਹੜੇ ਮੋਟਰਸਾਈਕਲ? ਪਾਚੀ। ਕਿਹੜੇ ਰੰਗ ਦਾ ਜੀ? ਨੀਲੇ ਰੰਗ ਦਾ। ਫਿਰ ਉਸ ਤੋਂ ਬਾਅਦ ਉਹ ਨਿਕਲ ਕੇ ਬਹੁਤ ਤੇਜ਼ ਮੈਂ ਫੜਨ ਦੀ ਕੋਸ਼ਿਸ਼ ਕੀਤੀ, ਮੈਂ ਮਗਰ ਦੌੜੇ ਦਾ ਦੌੜੇ ਹੋਏ, ਮਗਰ ਉਹ ਜਦੋਂ ਨਿਕਲ ਗਏ ਅੱਗੇ ਰਸਤਾ ਖਾਲੀ ਨਾ, ਉਹਦੇ ਕਰਕੇ ਉਹ ਨਿਕਲ ਗਏ। ਕੰਪਲੇਂਟ ਵਗੈਰਾ ਕਰਾਈ? ਹਾਂ, ਕੰਪਲੇਂਟ ਕਰਾਤੀ। ਮੈਂ ਕਦਾਵਰੀ। ਕੀ ਗੱਲ ਹੋਈ ਹੈ ਪੂਰੀ? ਮੈਂ ਗਈ ਸੜਕ 'ਚ ਬੱਚਿਆਂ ਲਈ ਚੀਜ਼ ਲੈਣ, ਤੇ ਪਿੱਛੋਂ ਆਏ ਦੋ ਬੰਦੇ, ਉਹਨਾਂ ਮੈਨੂੰ ਕੁਛ ਸੰਘਾਤਾ, ਮੇਰੀ ਯਾਦਦਾਸ਼ਤ ਇਸ ਤਰ੍ਹਾਂ ਹੋ ਗਈ। ਫਿਰ ਆਏ ਮੇਰੇ 5 ਕੁ ਮਿੰਟ, 5-7 ਮਿੰਟ ਬਾਅਦ ਮੈਨੂੰ ਆਈ ਯਾਦ ਆ। ਕੀ ਮਹਿਸੂਸ ਹੋਇਆ? ਹਾਂਜੀ, ਫਿਰ ਮੈਨੂੰ ਹੋਸ਼ ਦੀ ਆਈ, ਕੁਛ ਤਾਂ ਪੁੱਛਣ ਲੱਗੇ, ਉਹਨਾਂ ਤੋਂ ਕੁਛ ਨਹੀਂ ਪੁੱਛਿਆ ਵੈਸੇ। ਨਹੀਂ, ਹੋਸ਼ ਆਈ ਤਾਂ ਕੀ ਦੇਖਿਆ, ਕੀ ਲੱਗਦਾ? ਵਾਲੀਆਂ ਮੇਰੀਆਂ ਹੱਲੀ। ਵਾਲੀਆਂ ਜੀ? ਹਾਂਜੀ, ਦੋਨੋਂ ਵਾਲੀਆਂ ਲਾ ਲਈ। ਕਾਹਦੇ 'ਤੇ ਆਏ ਸੀ ਉਹ? ਕਿੰਨੇ ਵਜੇ ਦਾ ਟਾਈਮ? ਸਕੂਟਰ 'ਤੇ, 2:15 ਟਾਈਮ ਆ, ਸਕੂਟਰ 'ਤੇ ਆਏ ਆ। ਮੋਟਰਸਾਈਕਲ 'ਤੇ? ਅਤੇ ਤੁਸੀਂ ਰੌਲਾ ਨਹੀਂ ਪਾਇਆ ਉਸ ਤੋਂ ਬਾਅਦ? ਮੇਰੀ ਹੱਲੀ ਹੋਸ਼ ਹੀ ਨੂੰ ਮੈਨੂੰ ਆਈ, ਮੈਂ ਰੌਲਾ ਕੀ ਪਾਉਂਦੀ? ਬਾਅਦ 'ਚ ਜਿਹੜਾ ਚੱਲ ਗਏ ਤੇ ਫਿਰ ਮੈਂ ਰੌਲਾ ਪਾਇਆ। ਕੰਪਲੇਂਟ ਕਰਾਈ ਹੈ ਪੁਲਿਸ ਨੇ? ਹਾਂਜੀ।